ਅਤੇ ਸਰਦਾਰ ਆਪਣੇ ਐਮ ਐਲ ਏ ਸਾਹਿਬ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸਰਦਾਰ ਬਾਜਵਾ ਸਾਹਿਬ ਜੀ ਦੇ ਦਰਸ਼ਨ ਕਰਾਏ ਨੇ। ਹੋਰ ਵੀ ਚੰਗਾ ਹੁੰਦਾ ਜੇ ਕਿਤੇ ਪਹਿਲਾਂ ਵੀ ਇਹ ਸਾਡੇ ਹਲਕੇ ਵਿੱਚ ਆਉਂਦੇ, ਸਾਡੇ ਦੁੱਖ ਤਕਲੀਫ ਸੁਣਦੇ। ਸਾਡੀ ਪੰਜਾਬ ਦੇ ਵਿੱਚ ਸਰਕਾਰ ਨਹੀਂ ਸੀ, ਸੈਂਟਰ 'ਚ ਸਾਡੀ ਸਰਕਾਰ ਸੀ, ਸਾਡੇ ਇੱਥੇ ਬਹੁਤ ਇਸ਼ੂ ਸੀਗੇ, ਬੜੀਆਂ ਮੁਸ਼ਕਲਾਂ ਸੀਗੀਆਂ ਜਿਹੜੀਆਂ ਕਿ ਉਹ ਸਾਡੀਆਂ ਉਹਨਾਂ 'ਚ ਉਹਦਾ ਖੜੀਆਂ ਨੇ। ਔਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਜੇ ਹੁਣ ਇਹ ਬਣਦੇ ਨੇ, ਪ੍ਰਾਹਮਣ ਕਹੇ ਬੰਦਗੀ ਬਣ ਚੁੱਕੇ ਨੇ, ਅਸੀਂ ਪੂਰਾ ਤਰੋ 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 ਜੋੜ ਲਵਾਂਗੇ, ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਵਾਂਗੇ, ਜਿਤਾਵਾਂਗੇ। ਔਰ ਜਿੱਤਣ ਤੋਂ ਬਾਅਦ ਆਸ ਕਰਦੇ ਹਾਂ ਕਿ ਫਤਿਹਗੜ੍ਹ ਚੁਣ ਜਾਣਗੇ, ਅਤੇ ਜਿਹੜੇ ਕੋਲ ਕੰਮ ਰਹਿ ਗਏ ਨੇ ਕਿ ਪਿਛਲੇ ਸਮੇਂ 'ਚ ਨਹੀਂ ਕਰ ਸਕੇ, ਇਹ ਜ਼ਰੂਰ ਕਰਨਗੇ, ਇਹ ਸਾਨੂੰ ਵਿਸ਼ਵਾਸ ਦਿਵਾਉਣਗੇ। ਬਾਕੀ